ਗੁੱਡੀ ਨੂੰ ਸਾਲ ਹੋਇਆ ਸੀ ਮੱਗੀ ਨੂੰ ਅਤੇ ਰਿਸ਼ਤਾ ਕਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਕਹਿਤਾ ਵੀ ਗੁੱਡੀ ਦਾ ਮਾਤਾ ਪਿਤਾ ਨਹੀਂ ਹੈ ਅਤੇ ਭਰਾ ਵਾ ਅਤੇ ਅਸੀਂ ਕੋਈ ਇਹੋ ਜਿਹੀ ਗੱਲ ਦੇਣ ਜੋਗੇ ਨਹੀਂ ਹੈ ਅਤੇ ਕੋਈ ਗੱਲ ਡੇਢ ਸਾਲ ਬਾਅਦ ਕੋਈ ਗੱਲ ਨਹੀਂ ਚੱਲਦੀ ਰਹੀ ਹੁਣ ਵਿਆਹ 'ਤੇ ਗੱਲ ਆ ਗਈ 25-26 ਤਰੀਕ ਦਾ ਇਹਦਾ ਵਿਆਹ ਸੀ ਗੁੱਡੀ ਦਾ ਅਤੇ ਸਾਰੇ ਕੰਮ ਹੋ ਗਏ ਆ ਖਰਚੇ ਵਰਚੇ ਘਰ ਦੇ ਜਿੰਨੇ ਵੀ ਸੌਦੇ ਪੱਤੇ ਖਰਚ ਆਏ ਆ ਜਿੰਨੀ ਜੋਗੇ ਅਸੀਂ ਸਭ ਕੁਝ ਕੀਤਾ ਚਲੋ ਜੀ ਉਹ ਸ਼ਗਨ ਲਾਉਣ ਵੀ ਆਏ ਆ ਸ਼ਗਨ ਅਸੀਂ ਭੇਜਿਆ ਪਹਿਲਾਂ ਮੁੰਦਰੀ ਭੇਜੀ ਆ ਹੋਰ ਜੋ ਲੀੜਾ ਲੱਤਾ ਭੇਜਿਆ ਉਹ ਵੀ ਆਏ ਆ ਮੁੰਡੇ ਦੀ ਭੈਣ ਆਈ ਨਾਲ ਵਿਚੋਲੇ ਆਏ ਆ ਭਰਜਾਈ ਆਈ ਆ ਨਾਲ ਫਿਲਮ ਵਾਲੇ ਆਏ ਆ ਸ਼ਗਨ ਲੱਗਾ ਜੀ ਰੋਟੀ ਪਾਣੀ ਖਾ ਕੇ ਗਏ ਸਭ ਕੁਝ ਚਾਹ ਪਾਣੀ ਪੀ ਕੇ ਗਏ ਆ ਅਤੇ ਬਾਅਦ ਵਿੱਚ ਉਹਨਾਂ ਨੂੰ ਇਹ ਜਾਪਿਆ ਕਿ ਇਹਨਾਂ ਇਕੱਲੀ ਮੁੰਦਰੀ ਭੇਜੀ ਆ ਅਤੇ ਸਾਨੂੰ ਕੋਈ ਜ਼ਿਆਦਾ ਜਾਇਦਾਦ ਦੀ ਇੱਥੋਂ ਆਸ ਨਹੀਂ ਇਸ ਕਰਕੇ ਉਹਨਾਂ ਨੇ ਪਲੈਨ ਬਣਾਇਆ ਜੀ ਪਲੈਨ ਬਣਾਇਆ ਕਿ ਮੁੰਡਾ ਪਾਸੇ ਕਰੀਏ ਕਿ ਇੱਥੋਂ ਸਾਨੂੰ ਜਾਇਦਾਦ ਦੀ ਆਸ ਨਹੀਂ ਹੈਗੀ ਦਾਜ ਨਹੀਂ ਘੱਟ ਦਾਜ ਦੇ ਲਾਲਚ ਵਿੱਚ ਆ ਕੇ ਉਹਨਾਂ ਮੁੰਡਾ ਆਪਣਾ ਪਾਸੇ ਕਰਤਾ ਸਾਨੂੰ ਤੜਕੇ ਫੋਨ ਕਰਤਾ ਕਿ ਮੁੰਡਾ ਜਿਹੜਾ ਉਹ ਰਾਤ ਭੱਜ ਗਿਆ ਉਹ ਜੀ ਹੈਗਾ ਮੁੰਡੇ ਦਾ ਨਾਂ ਸੀ ਸੁਖਵਿੰਦਰ ਸਿੰਘ ਉਰਫ ਸੋਨੂ ਸਨ ਆਫ ਹੀਰਾ ਸਿੰਘ ਪਿੱਛਾ ਦੇ ਪੱਟੀ ਦਾ ਇਹਨਾਂ ਦਾ ਤੇਰੀ ਦੇ ਤਰਨ ਤਰਨ ਉਸ ਤੋਂ ਬਾਅਦ ਅਸੀਂ ਫਿਰ ਨਹੀਂ ਕੋਈ ਕਿਸੇ ਬਣੇ ਗੱਲ ਲੱਗੀ ਫਿਰ ਅਸੀਂ ਚੌਂਕੀ ਗਏ ਚੌਂਕੀ ਇੰਚਾਰਜਾਂ ਗੱਲ ਕੀਤੀ ਦਰਖਾਸਤ ਲਵਾਈ ਪਰ ਉਹਨੇ ਵੀ ਕੋਈ ਡੀ ਗੱਲ ਨਹੀਂ ਸੁਣੀ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਮਤਲਬ ਬਲਾਤ ਕਿਉਂ ਨਹੀਂ ਆਈ ਕਾਰਨ ਕੀ ਸਾਡਾ ਮਤਲਬ ਇਹ ਹੀ ਸਾਨੂੰ ਕਾਰਨ ਇਹ ਸਾਨੂੰ ਪਤਾ ਲੱਗ ਗਿਆ ਜਦੋਂ ਅਜੇ ਮੁੰਡਾ ਭੱਜ ਗਿਆ ਸਾਨੂੰ ਇਹ ਹੀ ਵੀ ਇਹਨੇ ਦਾਜ ਤੋਂ ਭੱਜਦੇ ਆ ਵੀ ਦਾਜ ਨਹੀਂ ਮਿਲਣਾ ਵੇਖੋ ਜੀ ਅਸੀਂ ਸਮਾਨ ਤੇ ਵੇਖੋ ਅਲਮਾਰੀ ਲੈਂਦੀ ਪਈ ਆ ਅਸੀਂ ਇਹ ਸੋਚਿਆ ਵੀ ਚਲੋ ਗੁੱਡੀਆ ਨੂੰ ਜਿੱਦਣ ਲੈਣ ਜਾਣਾ 8 ਦਿਨ ਬਾਅਦ ਤੇ ਬਾਕੀ ਹੋਰ ਵੀ ਜੋ ਸਾਡੇ ਤੋਂ ਸਰੂਗਾ ਫਰਿੱਜ ਵਗੈਰਾ LCD ਵਗੈਰਾ ਦੇਣ ਦੀ ਕੋਸ਼ਿਸ਼ ਕਰਾਂ ਪਰ ਉਹ ਉੱਦਾਂ ਰਹੇਗੀ ਵੇਖੋ ਤੁਸੀਂ ਵੇਖ ਹੀ ਲਿਆ ਸਭ ਘਰ 'ਚ ਸਾਰਾ ਸੌਦਾ ਪੱਤਾ ਉੱਦਾਂ ਖਿਲ ਰਿਹਾ ਪਿਆ ਟੰਟ ਖਿਲ ਰਿਹਾ ਪਿਆ ਫਿਰ ਜਦੋਂ ਇਹੋ ਜਿਹਾ ਮਾਹੌਲ ਹੋ ਜਦੋਂ ਫਿਰ ਸਮਾਨ ਵੀ ਨਹੀਂ ਚੁੱਕਿਆ ਜਾਂਦਾ ਜੀ ਜਿੱਥੇ ਇੱਥੇ ਭਾਂਡੇ ਪਏ ਆ ਵੇਖੋ ਜੀ ਸਾਡੀ ਤਾਂ ਇਹੀ ਪ੍ਰਸ਼ਾਸਨ ਕੋਲ ਮੰਗ ਆ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਪਰਚਾ ਦਰਜ ਹੋਵੇ ਇਹੋ ਜਿਹੇ ਅਨਸਰਾਂ 'ਤੇ ਕਾਰਵਾਈ ਤੁਰੰਤ ਹੋਵੇ